ਮੈਂ ਲੱਗਦਾ ਪਿੰਡਾਂ ਦੇ ਗ੍ਰਾਂਟਾਂ ਤਾਂ ਬਹੁਤ ਆਈਆਂ ਹੋਈਆਂ। ਹਰ ਮਹੀਨੇ ਤੈਨੂੰ ਪੈਨਸ਼ਨ ਆਉਂਦੀ ਸੀ, ਸ਼ਗਨ ਆਉਂਦੇ ਸੀ, ਲੜਕੀਆਂ ਦੇ ਸਾਈਕਲ ਦਸ ਦਿਨ ਦਿੰਦੇ ਸੀ, ਪਰ ਕੈਪਟਨ ਨੇ ਵੱਧ ਕਰ ਸਾਰੇ 12,000 ਪਿੰਡਾਂ ਚ ਅਗਲੇ 5 ਸਾਲ ਆਪਣੀ ਸਰਕਾਰ ਦੇ ਅੰਦਰ ਸਾਰਿਆਂ ਚ ਸੀਵਰੇਜ ਸਿਸਟਮ, ਸੀਮੈਂਟ ਦੀ ਗਲੀਆਂ, ਵਾਟਰ ਪਾਈਪ ਤੇ ਲਾਈਟਾਂ ਦਾ ਪ੍ਰਬੰਧ ਕਰਨ ਦਾ 20,000 ਕਰੋੜ ਲੱਗਣਾ ਤੇ 5 ਸਾਲਾਂ ਚ ਬਿਮਾਰੀ ਕਰਨਾ। ਸੁਖਬੀਰ ਸਿੰਘ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ, ਹਵਾ ਸਿੰਘ ਜੀ ਪ੍ਰਧਾਨ ਯੂਥ ਅਕਾਲੀ ਦਲ ਅਤੇ ਉਹਨਾਂ ਦੀ ਸਮੁੱਚੀ ਟੀਮ, ਇਲਾਕੇ ਦੇ ਪਤਵੰਤੇ ਸੱਜਣੋ, ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੂਆਣਾ ਹਲਕਾ, ਰਾਜਸਥਾਨ ਦੇ ਬਾਰਡਰ ਤੇ ਲੱਗਦਾ ਹੈ। ਇਸ ਇਲਾਕੇ ਵਿੱਚ ਬਹੁਤ ਕੁਝ ਹੋਣ ਵਾਲਾ ਹੈ। ਪਿਛਲੇ ਸਮੇਂ ਜਦੋਂ ਆਪਣੀ ਸਰਕਾਰ ਸੀ, ਕਾਫੀ ਪੈਸਾ ਇੱਥੇ ਭੇਜਿਆ, ਪਰ ਉਹ ਸ਼ੁਰੂਆਤ ਹੈ। ਜਿਹੜੀ ਤੁਹਾਡੀ ਇੱਕ ਬਹੁਤ ਵੱਡੀ ਮੰਗ ਸੀ ਅੰਮ੍ਰਿਤਾ ਦੇਵੀ ਪਾਰਕ ਦੀ, ਉਹ ਵੀ ਮਤਲਬ 2 ਕਰੋੜ ਰੁਪਇਆ ਭੇਜਿਆ ਸੀ। ਅੱਛਾ, ਇੱਥੇ ਲੰਬੀ ਮਾਈਨਰ ਵੀ, ਗਊਸ਼ਾਲਾ ਵਾਸਤੇ ਵੀ, ਮੈਂ ਲੱਗਦਾ ਪਿੰਡਾਂ ਦੇ ਗ੍ਰਾਂਟਾਂ ਤਾਂ ਬਹੁਤ ਆਈਆਂ ਹੋਈਆਂ। ਮੇਰਾ ਜਿਹੜਾ ਮਤਲਬ ਹੈ, ਤੁਸੀਂ ਸਾਡੇ ਗੁਆਂਢ 'ਚ ਬੈਠੇ ਹੋ, ਲੰਬੀ ਹਲਕਾ ਤੇ ਬੱਲੂਆਣਾ ਹਲਕੇ ਦੀ ਕੰਧ ਸਾਂਝੀ। ਜਦੋਂ ਜਦੋਂ ਪੰਜਾਬ 'ਚ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਹੈ, ਇਹਨਾਂ ਇਲਾਕਿਆਂ ਦੀ ਤਰੱਕੀ ਹੋਈ ਹੈ। ਕਿਉਂਕਿ ਜਿਹੜੇ ਇਲਾਕਿਆਂ ਦਾ ਮੁੱਖ ਮੰਤਰੀ ਹੁੰਦਾ ਹੈ, ਆਪਣੇ ਆਪ ਹੀ ਉੱਥੇ ਜ਼ਿਆਦਾ ਪੈਸਾ ਹੁੰਦਾ। ਹੁਣ ਕਾਂਗਰਸ ਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਇੱਕ ਵਾਰ ਵੀ ਨਹੀਂ ਇੱਥੇ ਆਇਆ। ਨਾ ਉਹਨੂੰ ਪਰਵਾਹ, ਨਾ ਉਹਨੂੰ ਫਿਕਰ ਹੈ। ਮੈਂ ਕਹਿ ਸਕਦਾ ਜਿੰਨੇ ਵਾਰ ਕਾਂਗਰਸ ਦਾ ਮੁੱਖ ਮੰਤਰੀ ਬਣੇ ਹੈ, ਕੈਪਟਨ ਪਿਛਲੇ 2 ਵਾਰ ਬਣਿਆ, ਸਭ ਤੋਂ ਨਿਖਿੱਧ ਮੁੱਖ ਮੰਤਰੀ ਅੱਜ ਪੰਜਾਬ ਦਾ। ਕੈਪਟਨ ਨੇ ਦੇਣਾ ਕੀ ਸੀ, ਸਾਰਾ ਕੁਛ ਹੀ ਖੋਲਿਆ। ਬਾਦਲ ਸਾਹਿਬ ਗਰੀਬ ਜਨਤਾ ਨੂੰ ਆਟਾ ਲਾ ਦਿੱਤੇ ਸੀ, ਦਾਲਾਂ ਤਾਂ ਬਿਲਕੁਲ ਹੀ ਬੰਦ ਹੋ ਗਈਆਂ, ਕੈਪਟਨ ਨੇ ਬੰਦ ਕਰਤੀ। ਜਿਹੜਾ ਆਟਾ ਉਹ ਵੀ ਸੈਂਟਰ ਦੀ ਸਰਕਾਰ ਤੋਂ ਆਉਂਦਾ, ਮੁਫ਼ਤ ਆਉਂਦਾ ਪੰਜਾਬ ਨੂੰ, ਉਹ ਵੀ ਮਤਲਬ 6-6 ਮਹੀਨੇ ਨਹੀਂ ਦਿੰਦੇ। ਬਾਦਲ ਸਾਹਿਬ ਨੇ ਹਰ ਗਰੀਬ ਕਿਸਾਨ ਮਜ਼ਦੂਰ ਦੀ ਗੱਲ ਕੀਤੀ, ਬਾਂਹ ਪੜੀ। ਹਰ ਮਹੀਨੇ ਤੈਨੂੰ ਪੈਨਸ਼ਨ ਆਉਂਦੀ ਸੀ, ਸ਼ਗਨ ਆਉਂਦੇ ਸੀ, ਲੜਕੀਆਂ ਦੇ ਸਾਈਕਲ ਦਸ ਦਿਨ ਗਰਮੀ ਜਾਣ ਮਦਦ ਦਿੰਦੇ ਸੀ, ਪਰ ਕੈਪਟਨ ਨੇ ਬੰਦ ਕਰ ਦਿੱਤਾ। ਅਸੀਂ ਸੇਵਾ ਕੇਂਦਰ ਖੋਲ੍ਹੇ ਤੁਹਾਡੇ ਪਿੰਡਾਂ 'ਚ, ਮਕਸਦ ਕੀ ਸੀ ਕਿ ਤੁਹਾਨੂੰ ਕਿਤੇ ਬਾਹਰ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਾ ਪਏ, ਡੀਸੀ ਦਫ਼ਤਰ ਜਾਣ ਦੀ ਲੋੜ ਨਾ ਪਏ, ਆਪਣੇ ਪਿੰਡਾਂ 'ਚ ਹੀ ਕੰਮ ਹੋ ਜਾਏ, ਪਰ ਕੈਪਟਨ ਨੇ ਉਹ ਸਭ ਬੰਦ ਕਰ ਦਿੱਤਾ। ਅਸੀਂ ਜਿੰਮ ਤੇ ਖੇਡਾਂ ਦਾ ਸਮਾਨ ਨੌਜਵਾਨਾਂ ਨੂੰ ਦਿੱਤੇ ਸੀ,
ਤੁਸੀਂ ਦੇਖੋ ਜਿੰਨੀ ਤਰੱਕੀ ਬਾਦਲ ਸਾਹਿਬ ਨੇ ਪੰਜਾਬ ਕਰ ਲਈ। ਪਹਿਲੇ ਦੇਖੋ ਬਿਜਲੀ ਦੇ ਸੱਤ ਸੱਤ ਅੱਠ ਅੱਠ ਘੰਟੇ ਕੱਟ ਲੱਗਦੇ ਹੁੰਦੇ ਸੀ ਗਰਮੀਆਂ ਚ ਖਾਸ ਕਰਕੇ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਬਿਜਲੀ ਆਪਾਂ ਨੂੰ ਕਰ ਦਾਂਗੇ ਤੇ ਅੱਜ ਦੇਖੋ ਕਿਵੇਂ ਥਰਮਲ ਪਲਾਂਟ ਬਣਾ ਕੇ ਅਸੀਂ ਬਿਜਲੀ ਆਪਾਂ ਨੂੰ ਕੀਤੀ। ਅਸੀਂ ਕਿਹਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਵੱਡੇ ਸ਼ਹਿਰਾਂ ਨੂੰ ਅਸੀਂ ਚਾਰ ਤੇ ਛੇ ਲੇਨ ਸੜਕਾਂ ਨੂੰ ਜੋੜਾਂਗੇ ਔਰ ਜੋੜ ਦਿੱਤੇ। ਬਾਦਲ ਸਾਹਿਬ ਦੀ ਗੱਲ ਹੈ ਜੋ ਕਹਿੰਦੇ ਆ ਉਹ ਪੂਰੇ ਕਰਦੇ ਆ। ਤੁਸੀਂ ਦੇਖ ਲਓ ਆ ਕੈਪਟਨ ਇੰਨਾ ਘਟੀਆ ਇਨਸਾਨ ਹੈ ਖੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ। ਉਦੋਂ ਤੁਹਾਡੇ ਘਰ ਘਰ ਜਾਂਦੇ ਸੀ ਬਾਹਰ ਪੜਾਉਂਦੇ ਸੀ ਕਿੰਨਾ ਕਰਜ਼ਾ ਤੁਹਾਡੇ ਤੇ ਹੈ ਬਾਹਰ ਤੇ ਦਸਤਖਤ ਕਰਾ ਕੇ ਕਹਿੰਦੇ ਦੱਸੋ 5 ਲੱਖ ਹੈ 10 ਲੱਖ ਹੈ ਸਾਰਾ ਮੈਂ ਮੋੜੂੰਗਾ। ਤੁਹਾਡੇ ਘਰੇ ਘਰ ਜਾ ਕੇ ਕਹਿੰਦਾ ਸੀ ਨੌਕਰੀ ਦੇ ਵਾਟ ਭਰਾ ਲਈ। ਉਹਨਾਂ ਦਾ ਮਕਸਦ ਇੱਕੋ ਇੱਕ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਵੋਟਾਂ ਹਾਸਲ ਕਰ ਲਈਏ ਕਿਵੇਂ ਨਾ ਕਿਵੇਂ ਸਰਕਾਰ ਬਣਾ ਲਈਏ। ਘਰ ਘਰ ਨੌਕਰੀ ਕੀ ਦੇਣੀ ਸੀ ਅਸਾਂ ਝੂਠਾ ਬੋਲਦਾ ਸੀ। ਪੈਨਸ਼ਨ ਕਹਿੰਦਾ ਸੀ 2500 ਸ਼ਗਨ 51,000 ਨੌਜਵਾਨਾਂ ਨੂੰ ਮੋਬਾਈਲ ਫੋਨ ਗੱਲਾਂ ਝੂਠ। 2 ਸਾਲ ਹੋ ਗਏ ਇੱਕ ਨਿਸ਼ਾਨੀ ਨਹੀਂ। 2 ਸਾਲ ਹੋ ਗਏ ਅੱਜ ਗਰੀਬ ਦੁਖੀ ਹੈ ਕਿਸਾਨ ਦੁਖੀ ਹੈ ਵਪਾਰੀ ਦੁਖੀ ਹੈ। 1 ਰੁਪਿਆ ਗ੍ਰਾਂਟ ਤੁਹਾਡੇ ਪਿੰਡਾਂ 'ਚ ਇੱਕ ਇੱਟ ਨਹੀਂ ਲੱਗੀ ਪਿਛਲੇ 2 ਸਾਲਾਂ 'ਚ। ਕਿਉਂਕਿ ਉਹਨਾਂ ਦੀ ਨੀਅਤ ਸਾਫ ਨਹੀਂ ਉਹਨਾਂ ਦਾ ਦਿਲ ਸਾਫ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਨਹੀਂ ਹੁੰਦੇ ਲਾਗੇ। ਅੱਜ ਜਿਹੜਾ ਤੁਸੀਂ ਫੈਸਲਾ ਕਰਨ ਵਾਸਤੇ ਬੈਠੇ ਹੋ ਇਸ 8 ਤਰੀਕ ਨੂੰ ਆਪਣੇ 2-4 ਦਿਨਾਂ ਨੂੰ ਕੋਰਟ ਲੱਗ ਜਾਣਾ ਇਲੈਕਸ਼ਨ ਪਾਰਲੀਮੈਂਟ ਦਾ। ਅਗਲੇ ਮਹੀਨੇ 10 ਤਰੀਕ ਤੱਕ ਪਾਰਲੀਮੈਂਟ ਦਾ ਇਲੈਕਸ਼ਨ ਹੋਣਾ। ਤੁਸੀਂ ਫੈਸਲਾ ਕਰਨਾ ਦੇਸ਼ ਦਾ ਪ੍ਰਧਾਨ ਮੰਤਰੀ ਕਿਹੜਾ ਬਣੇ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਤਕੜਾ ਹੋਏ ਦਲੇਰ ਹੋਏ ਹਿੰਮਤੀ ਹੋਏ ਜਿਹਦਾ ਦਿਮਾਗ ਹੋਏ ਜਿਹਦਾ ਵਿਜ਼ਨ ਹੋਏ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕਦਾ। ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋਣਾ ਚਾਹੀਦਾ ਜਿਹਦਾ ਦੁਸ਼ਮਣ ਵੀ ਡਰ। ਤੁਸੀਂ ਦੇਖ ਲਓ ਅੱਜ ਆਪਣੇ ਗੁਆਂਢ ਵਿੱਚ ਪਾਕਿਸਤਾਨ ਮੁਲਕ ਹੈ ਜਿਹੜਾ ਆਪਣਾ ਦੁਸ਼ਮਣ ਹੈ ਲਗਾਤਾਰ ਆਪਣੇ ਤੇ ਹਮਲਾ ਕਰ ਰਿਹਾ। ਜੇ ਕੋਈ ਕਰਾਰਾ ਜਿਸਦੇ ਜਵਾਬ ਦਿੱਤਾ ਉਹ ਮੋਦੀ ਸਾਹਿਬ ਹੀ ਹੈ। ਉਹਨਾਂ ਦੇ ਕੱਖ ਪੜ ਕੇ ਉਹਨਾਂ ਦੁਸ਼ਮਣ ਨੂੰ ਸਬਕ ਸਿਖਾਇਆ। ਅੱਜ ਜਿਹੜਾ ਆਪਣਾ ਪਾਇਲਟ ਵੀ ਉੱਥੇ ਕਰੈਸ਼ ਕਰਕੇ ਡਿੱਗ ਗਿਆ ਸੀ 48 ਘੰਟਿਆਂ ਦੇ ਅੰਦਰ ਅੰਦਰ ਵਾਪਸ ਕਿਉਂ ਆ ਗਿਆ ਕਿਉਂਕਿ ਇਮਰਾਨ ਖਾਨ ਉਹਨਾਂ ਡਰ ਗਿਆ ਕਿ ਜੇ ਅਸੀਂ ਵਾਪਸ ਨਾ ਭੇਜਿਆ ਮੋਦੀ ਸਾਹਿਬ ਦਾ ਕੋਈ ਪਤਾ ਨਹੀਂ ਹੋਰ ਵੱਡਾ ਹਮਲਾ ਕਰਕੇ ਸਾਨੂੰ ਪਾਕਿਸਤਾਨ ਦਾ ਕਰਨ ਲੱਗ। ਜੇ ਦੁਸ਼ਮਣ ਤੁਹਾਡੇ ਦਾ ਜੇ ਤੁਹਾਡੇ ਇਹ ਬੰਦਾ ਕਿਹੜਾ ਸੀ ਦੁਸ਼ਮਣ ਨਾ ਡਰੇ ਹੁਣ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਕਹਿੰਦੇ ਲਾਈਕ ਰਾਹੁਲ ਗਾਂਧੀ ਦੇ ਕੈਪਟਨ ਅਮਰਿੰਦਰ ਸਿੰਘ ਇੱਕੋ ਜਿਹੇ ਹੈ। ਜਿਵੇਂ ਕੈਪਟਨ ਨਾ ਲੱਭਦਾ ਨਾ ਕੁਝ ਕਰਦਾ ਕੰਮ ਉਵੇਂ ਰਾਹੁਲ ਗਾਂਧੀ ਨਹੀਂ ਕਰਦਾ। ਰਾਹੁਲ ਗਾਂਧੀ ਨੂੰ ਪਤਾ ਹੀ ਨਹੀਂ ਬੋਲਣਾ ਕੀ ਹੈ ਉਹ ਕਾਗਜ਼ ਤੇ ਲਿਖ ਦਿੰਦੇ ਹੈ ਜੋ ਲਿਖ ਦਿੰਦੇ ਆ ਬੋਲ ਪੈਂਦਾ।
ਸਿਰ ਤੇ ਲੈ ਜਾਣਾ ਸੀ। ਮੈਂ ਅੱਜ ਵੀ ਕਹਿਣਾ ਚਾਹੁੰਦਾ, ਮੇਰੀ ਗੱਲ ਨੋਟ ਕਰਿਓ ਖਲੂਆਣਾ ਹਲਕਿਆਂ ਵਾਲਿਓ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਬਿਜਲੀ ਆਮ ਨੂੰ ਕਰ ਦਾਂਗੇ ਕਰਤੀ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਏਅਰਪੋਰਟ ਤੇ ਲਿਆਉਣੇ ਬਣਾ ਦਿੱਤੇ, ਅਸੀਂ ਵਾਅਦਾ ਕੀਤਾ ਗਰੀਬਾਂ ਨੂੰ ਆਟਾ ਦਾਲ ਸ਼ਗਨ ਸਾਰਾ ਕੁਝ ਲਿਸਟ ਦਿੱਤੀ ਹੈ, ਸਾਰਾ ਕੁਝ ਪੂਰਾ ਕੀਤਾ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੀ ਗੱਲ ਨੋਟ ਕਰਿਓ, 3 ਸਾਲ ਬਾਅਦ ਤੁਸੀਂ ਸਰਕਾਰ ਬਣਾਉਣੀ ਹੈ, ਤੁਸੀਂ ਯਾਦ ਰੱਖਿਓ ਸੁਖਬੀਰ ਸਿੰਘ ਨੇ ਤੁਹਾਡੇ ਨਾਲ ਵਾਅਦਾ ਕੀਤਾ। ਜਿੰਨੇ ਵੀ 12,000 ਪਿੰਡ ਹੈ ਪੂਰੇ ਪੰਜਾਬ 'ਚ, ਜਿੰਨੇ ਵੀ 12,000 ਪਿੰਡ ਹੈ, ਸਾਰੇ 12,000 ਪਿੰਡਾਂ 'ਚ ਅਗਲੇ 5 ਸਾਲ ਆਪਣੀ ਸਰਕਾਰ ਦੇ ਅੰਦਰ ਸਾਰਿਆਂ 'ਚ ਸੀਵਰੇਜ ਸਿਸਟਮ, ਸੀਮੈਂਟ ਦੀ ਗਲੀਆਂ, ਵਾਟਰ ਪਾਈਪ ਤੇ ਲਾਈਟਾਂ ਦਾ ਪ੍ਰਬੰਧ ਕਰ ਦੂੰਗਾ, 30,000 ਕਰੋੜ ਲੱਗਣਾ ਹੈ ਤੇ 5 ਸਾਲਾਂ 'ਚ ਬਿਮਾਰੀ ਜਿੱਤ ਕੇ ਸੁੱਤੇ ਹੋਏ ਕੈਪਟਨ ਨੂੰ ਜਗਾ ਦਈਏ, ਨਹੀਂ ਤਾਂ ਸੁੱਤਾ ਹੀ ਰਹਿਣਾ ਹੈ।